ਨਾਭਾ ਵਿਖੇ ਹਰਸ਼ ਬਲੱਡ ਡੋਨਰ ਸੁਸਾਇਟੀ ਵੱਲੋਂ ਪ੍ਰਧਾਨ ਭਵੇਸ਼ ਬਾਂਸਲ ਦੀ ਅਗਵਾਈ ਵਿੱਚ ਮਿਲਨ ਪੈਲਸ ਨਾਭਾ ਤੋਂ ਸ਼੍ਰੀ ਕਾਲੀ ਮਾਤਾ ਜੀ ਦਾ ਮੰਦਰ ਪਟਿਆਲਾ ਵਿਖੇ ਦੂਜੀ ਪੈਦਲ ਯਾਤਰਾ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਸਪੈਸ਼ਲ ਤੌਰ 'ਤੇ ਪੁੱਜੀ ਮਾਰਕੀਟ ਕਮੇਟੀ ਨਾਭਾ ਦੇ ਚੇਅਰਮੈਨ ਜਗਜੀਤ ਸਿੰਘ ਦੁਲੱਦੀ ਅਤੇ ਗੁਰਬਖਸ਼ ਸਿੰਘ ਭੱਟੀ ਨੇ ਸ਼ਿਰਕਤ ਕੀਤੀ ਅਤੇ ਮਾਤਾ ਜੀ ਦੀ ਪੂਜਾ ਅਰਚਨਾ ਕਰਦੇ ਹੋਏ ਮਾਤਾ ਜੀ ਦਾ ਆਸ਼ੀਰਵਾਦ ਲਿਆ। ਸਾਰੀ ਸੁਸਾਇਟੀ ਟੀਮ ਵੱਲੋਂ ਮਾਤਾ ਜੀ ਦੀ ਆਸ਼ੀਰਵਾਦ ਰੂਪੀ ਚੁੰਨੀ ਪਾ ਕੇ ਉਹਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਭਵੇਸ਼ ਬਾਂਸਲ ਨੇ ਦੱਸਿਆ ਕਿ ਸਾਡੀ ਦੂਜੀ ਪੈਦਲ ਯਾਤਰਾ ਹੈ ਜੋ ਕਿ ਪਟਿਆਲਾ ਕਾਲੀ ਮਾਤਾ ਜੀ ਦੇ ਮੰਦਰ ਵਿਖੇ ਪਹੁੰਚੇਗੀ। ਉਹਨਾਂ ਕਿਹਾ ਕਿ ਸਾਡੀ ਸੁਸਾਇਟੀ ਵੱਲੋਂ ਸਮੇਂ ਸਮੇਂ 'ਤੇ ਹੋਰ ਵੀ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਨੇ, ਜਿਵੇਂ ਕਿ ਕਿਸੇ ਜ਼ਰੂਰਤਮੰਦ ਨੂੰ ਖੂਨ ਦੀ ਲੋੜ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ। ਕਾਲੀ ਮਾਤਾ ਮੰਦਰ ਜੀ ਦੇ ਲਈ ਪੈਦਲ ਦੂਜੀ ਯਾਤਰਾ ਜੀ, ਅਸੀਂ ਹਰ ਸਾਲ ਸੋਚਿਆ ਹੋਇਆ ਵੀ ਜਿੰਨਾ ਮਹਾਮਾਈ ਦੀ ਕਿਰਪਾ ਨਾਲ ਜਿਵੇਂ ਵੀ ਜਿੰਨੇ ਕੋ ਉਪਰਾਲੇ ਹੋ ਸਕਦੇ ਨੇ, ਕੋਈ ਧਾਰਮਿਕ ਕੰਮਾਂ ਦੇ ਹੋਣ, ਸਮਾਜਿਕ ਹੋਣ, ਜਿਵੇਂ ਅਸੀਂ ਪਿੱਛੇ ਜਿਹੇ ਸ਼ਹਿਰ ਸੈਨੇਟਾਈਜ਼ ਕਰਿਆ ਜਾਂ ਮੈਰਾਥਨ ਰੇਸ ਕਰਾਉਂਦੇ ਹਾਂ ਨਸ਼ੇ ਖਿਲਾਫ਼, ਮਤਲਬ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਕੋਈ ਭਲਾਈ ਦਾ ਕੰਮ ਹੋ ਸਕੇ ਸਾਡੀ ਸੁਸਾਇਟੀ ਵੱਲੋਂ। ਅਸੀਂ ਅੱਜ ਖਾਸ ਤੌਰ 'ਤੇ ਧੰਨਵਾਦ ਕਰਦੇ ਹਾਂ ਸਾਡੇ ਜਗਜੀਤ ਦਲੱਦੀ ਜੀ ਚੇਅਰਮੈਨ ਸਾਹਿਬ ਅਤੇ ਸਾਡੇ ਪ੍ਰਧਾਨ ਫੋਕਲ ਪੁਆਇੰਟ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਭੱਟੀ ਜੀ ਦਾ, ਜੋ ਸਾਡੇ ਛੋਟੇ ਜਿਹੇ ਸੁਨੇਹੇ 'ਤੇ ਇੱਥੇ ਪਹੁੰਚੇ ਨੇ ਅਤੇ ਆਪਣੇ ਬੱਚਿਆਂ ਨੂੰ ਆਸ਼ੀਰਵਾਦ ਦੇਣ ਆਏ ਨੇ। ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਮਾਤਾ ਰਾਣੀ ਅੱਗੇ ਹੀ ਅਰਦਾਸ ਕਰਦੇ ਹਾਂ ਵੀ ਸਾਰਿਆਂ 'ਤੇ ਕਿਰਪਾ ਬਣਾਈ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ ਅਤੇ ਖਾਸ ਕਰਕੇ ਸਾਡੇ ਮੰਤਰੀ ਸਾਹਿਬ ਅੱਗੇ ਉਹਨਾਂ ਦਾ ਵੀ ਦੁਆ ਮਤਲਬ ਬਣਾਈ ਰੱਖੇ, ਕਿਰਪਾ ਬਣੀ ਰਹੇ ਅਤੇ ਚੜ੍ਹਦੀ ਕਲਾ ਵਿੱਚ ਰਹਿਣ ਸਾਰੇ। ਯਾਤਰਾ ਕਿੰਨੇ ਸਾਲ ਤੋਂ ਤੁਸੀਂ ਲੈ ਕੇ? ਅਸੀਂ ਪਹਿਲੀ ਯਾਤਰਾ ਜੀ 2019-20 ਜੁਲਾਈ ਨੂੰ ਗਈ ਸੀਗੀ ਪੈਦਲ ਯਾਤਰਾ। ਉਂਝ ਅਸੀਂ ਅੱਗੇ ਉਂਝ ਬੱਸ ਅਰਨਾਏ ਯਾਤਰਾ ਲਈ ਜਾਂ ਹੋਰ ਲਿਜਾਂਦੇ ਰਹਿੰਦੇ ਹਾਂ। ਪੈਦਲ ਯਾਤਰਾ ਦਾ ਅਸੀਂ ਪਿਛਲੇ ਸਾਲ ਪਹਿਲੀ ਵਾਰ ਉਪਰਾਲਾ ਕੀਤਾ ਜੀ, ਸਾਨੂੰ ਵਧੀਆ ਰਿਸਪੋਂਸ ਰਿਹਾ, ਕਾਫੀ ਨਾਭੇ ਤੋਂ ਸੰਸਥਾਵਾਂ ਦਾ ਹੋਰ ਵਧੀਆ ਸਹਿਯੋਗ ਰਿਹਾ। ਇੱਥੋਂ ਸਾਡੇ ਮਿਲਣ ਪੈਲਸ ਤੋਂ 40-50 ਬੰਦੇ ਜਾਣਗੇ ਜੀ, ਅੱਗੇ ਰਸਤੇ 'ਚ ਰਲਦੇ ਰਲਦੇ 150 ਬੰਦਿਆਂ ਦਾ ਮਤਲਬ ਮਾਤਾ ਦੇ ਭਗਤ ਹੋ ਜਾਂਦੇ ਨੇ ਰਸਤੇ 'ਚ, ਪਟਿਆਲਾ ਗੇਟ ਤੋਂ ਹੋਰ ਕਾਫੀ ਪੁਆਇੰਟਾਂ ਤੋਂ ਰਲਦੇ ਜਾਂਦੇ ਨੇ ਜੀ। ਧਾਰਮਿਕ ਕੰਮਾਂ ਤੋਂ ਇਲਾਵਾ ਜਿਵੇਂ ਮੈਂ ਦੱਸਿਆ ਜੀ, ਸ਼ਹਿਰ ਸੈਨੇਟਾਈਜ਼ ਕਰਨਾ ਅਸੀਂ ਜਦੋਂ ਕੋਰੋਨਾ ਮਹਾਂਮਾਰੀ ਸ਼ੁਰੂ ਹੋਈ ਸੀ 24 ਮਾਰਚ ਤੋਂ 6 ਅਪ੍ਰੈਲ ਤੱਕ, ਸਾਡੇ ਮੰਤਰੀ ਸਾਹਿਬ ਦੇ ਹੁਕਮਾਂ ਅਨੁਸਾਰ ਅਸੀਂ ਆਪਣੀ ਸੁਸਾਇਟੀ ਵੱਲੋਂ ਸਾਰਾ ਸ਼ਹਿਰ ਸੈਨੇਟਾਈਜ਼ ਕਰਿਆ। ਸਾਡੇ ਭੱਟੀ ਪ੍ਰਧਾਨ ਜੀ, ਸਾਡੇ ਜਗਜੀਤ ਲੱਦੀ ਜੀ ਚੇਅਰਮੈਨ ਸਾਹਿਬ, ਇਹਨਾਂ ਦਾ ਬਹੁਤ ਸਹਿਯੋਗ ਰਿਹਾ ਸਾਨੂੰ, ਧੰਨ ਕਰਨੀਓ ਮਨ ਰਾਸ਼ੀ ਸਭ ਪਾਸੋਂ ਧਿਆਨ ਸਾਨੂੰ ਪੂਰਾ ਇਹਨਾਂ ਨੇ ਦਿੱਤਾ ਜੀ ਸਹਿਯੋਗ। ਅਸੀਂ ਇਹੀ ਚਾਹੁੰਦੇ ਹਾਂ ਵੀ ਲੋਕ ਨਾਭਾ ਵਾਸੀ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਹੈ ਕਿਸੇ ਨੂੰ, ਜਿਵੇਂ ਅਸੀਂ ਪਿੱਛੇ ਜੇ ਪ੍ਰੋਜੈਕਟ ਚਲਾਇਆ ਵੀ ਗਊ ਮਾਤਾ ਦੇ ਤੌਰ 'ਤੇ ਵੀ ਜੇ ਕੋਈ ਗਊ ਮਾਤਾ ਕਿਸੇ ਜਗ੍ਹਾ ਕਿਸੇ ਨਾਲੀ 'ਚ ਜਾਂ ਕਿਵੇਂ ਵੀ ਕੋਈ ਤਰੀਕੇ ਗਿਰ ਜਾਂਦੇ ਨੇ, ਅਸੀਂ ਉਹਨਾਂ ਨੂੰ ਕਢਾਉਣ ਦਾ ਵੀ ਪ੍ਰੋਜੈਕਟ ਚਲਾਇਆ। ਜੇ ਕਿਤੇ ਵੀ ਕੋਈ ਦਿੱਕਤ ਆਉਂਦੀ ਹੈ ਸ਼ਹਿਰ ਵਾਸੀ ਨੂੰ, ਸਾਡੇ ਨਾਲ ਕੰਟੈਕਟ ਕਰ ਸਕਦਾ। ਬਲੱਡ ਲਈ ਤਾਂ ਅਸੀਂ 24 ਘੰਟੇ ਹਾਜ਼ਰ ਹਾਂ, ਮੇਰਾ ਫੋਨ 24 ਘੰਟੇ ਔਨਲਾਈਨ ਰਹਿੰਦਾ, ਜਦੋਂ ਮਰਜ਼ੀ ਮੈਨੂੰ ਕਾਲ ਮੈਸੇਜ ਕਰ ਸਕਦਾ ਕੋਈ ਵੀ ਬੰਦਾ। ਜਾਣੀ ਇਹ ਹੈ ਵੀ ਮੈਂ ਸਾਰਿਆਂ ਨੂੰ ਬਹੁਤ ਵਧਾਈ ਦਿੰਦਾ ਹਾਂ, ਜਿਹੜੇ ਪਹਿਲੇ ਨਰਾਤੇ ਦੇ ਲੈ ਕੇ ਹਰਸ ਬਲੱਡ ਡੋਨਰ ਜਿਹੜੇ ਹਨ, ਸੈਕਿੰਡ ਦੂਜੀ ਵਾਰੀ ਇਹਨਾਂ ਦੀ ਯਾਤਰਾ ਲੈ ਕੇ ਜਾ ਰਹੇ ਨੇ, ਅਤੇ ਮੈਂ ਮਹਾਰਾਣੀ ਮਹਾਦੇਵੀ ਦੇ ਸਾਹਮਣੇ ਅਰਦਾਸ ਕਰਦਾ ਕਿ ਬੱਚਿਆਂ ਦੇ ਮਿਹਰ ਭਰਿਆ ਹੱਥ ਰੱਖੇ। ਬਲੱਡ ਡੋਨੇਟ ਸੁਸਾਇਟੀ ਦਾ ਉਪਰਾਲਾ ਹੈ ਜਿਹੜਾ ਕਿ ਪਿਛਲੇ ਸਾਲ ਵੀ ਇਹ ਮਾਤਾ ਦੇ ਨਰਾਤਿਆਂ ਦੇ ਉੱਤੇ ਲੈ ਕੇ ਪੈਦਲ ਯਾਤਰਾ ਲੈ ਕੇ ਗਏ, ਅਤੇ ਇਸ ਦਫਾ ਵੀ ਇਹ ਬੜਾ ਅੱਛਾ ਉਪਰਾਲਾ। ਨਾਭਾ ਤਾਂ ਵੈਸੇ ਹੀ ਧਾਰਮਿਕ ਨਗਰੀ ਹੈ ਅਤੇ ਹਮੇਸ਼ਾ ਫੰਕਸ਼ਨ ਹੁੰਦੇ ਰਹੇ ਨੇ, ਬਹੁਤ ਹੀ ਵਧਾਈ ਦੇ ਪਾਤਰ ਨੇ, ਅਤੇ ਸਪੈਸ਼ਲ ਟਾਈਮ ਕੱਢ ਕੇ ਸਾਡੇ ਚੇਅਰਮੈਨ ਸਾਹਿਬ ਆਏ ਨੇ, ਅਤੇ ਨਾਲ ਹੀ ਮਤਲਬ ਕਿ ਸਾਰੀ ਕਾਂਗਰਸ ਪਾਰਟੀ ਦੇ ਵੱਲੋਂ ਵੀ ਇਹਨਾਂ ਨੂੰ ਲੱਖ ਲੱਖ ਵਧਾਈਆਂ। ਤੁਸੀਂ ਤਾਂ ਹਰ ਸਾਲ ਨੈਣਾ ਦੇਵੀ ਜਾਂਦੇ ਹੋ, ਹਰ ਸਾਲ ਯਾਤਰਾ ਕਰਵਾ ਕੇ ਲਿਜਾਂਦੇ ਹੋ, 500 ਬੰਦੇ ਨੂੰ ਨਾਲ ਲੈ ਕੇ ਜਾਂਦੇ ਹੋ, ਅਤੇ ਤੁਹਾਡਾ ਉੱਥੇ ਕੀ ਮਕਸਦ ਆ? ਮਤਲਬ ਮਾਤਾ ਤੁਹਾਨੂੰ ਕਿੰਨਾ ਕੁ ਆਸ਼ੀਰਵਾਦ ਦਿੰਦੀ ਹੈ? ਨਹੀਂ, ਸੱਚੇ ਪਾਤਸ਼ਾਹ ਮਹਾਮਾਈ ਦਾ ਆਸ਼ੀਰਵਾਦ ਹੈ। ਦਿਲੋਂ ਕੋਈ ਵੀ ਕੰਮ ਕਰੀਏ ਤਾਂ ਬਹੁਤ ਹੀ ਸਕੂਨ ਮਿਲਦਾ ਜਾ ਕੇ। ਮੈਂ ਤਾਂ ਤਕਰੀਬਨ ਆਹ ਕੋਵਿਡ ਕਰਕੇ ਨਹੀਂ ਗਿਆ ਹੈਗਾ, ਨਹੀਂ ਮੈਂ 2012 ਤੋਂ ਹਰੇਕ ਮਹੀਨੇ ਹੀ ਮਹਾਮਾਈ ਦੇ ਹਰ ਇੱਕ ਮਹੀਨੇ 2012 ਤੋਂ ਲੈ ਕੇ ਟਿਲ ਮਾਰਚ ਤੱਕ ਮੈਂ ਹਰੇਕ ਮਹੀਨੇ ਨੈਣਾ ਦੇਵੀ ਮਾਤਾ ਦੇ ਹਮੇਸ਼ਾ ਹੀ ਹਰੇਕ ਮਹੀਨੇ ਦਰਸ਼ਨ ਕਰਨ ਜਾਂਦਾ, ਅਨੰਦਪੁਰ ਸਾਹਿਬ ਵੀ ਅਤੇ ਫਤਿਹਗੜ੍ਹ ਸਾਹਿਬ ਵੀ, ਅਤੇ ਹਰੇਕ ਵਾਰੀ ਅਤੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ, ਮਹਾਮਾਈ ਦੇ ਚਰਨਾਂ 'ਤੇ ਜਾ ਕੇ ਜੋ ਸਕੂਨ ਮਿਲਦਾ, ਆਤਮਾ ਨੂੰ ਸ਼ਾਂਤੀ ਮਿਲਦੀ ਹੈ, ਅਤੇ ਨਾਲ ਹੀ ਸਰਬੱਤ ਦੇ ਭਲੇ ਲਈ ਅਰਦਾਸ ਕਰੀਦੇ ਆ ਵੀ ਇਹ ਮਹਾਮਾਈ ਸਾਰੇ ਹਿੰਦੁਸਤਾਨ ਨੂੰ, ਪੰਜਾਬ ਨੂੰ, ਨਾਭੇ ਵਾਸੀਆਂ ਨੂੰ ਚੜ੍ਹਦੀ ਕਲਾ ਦੇ। ਆਵਾਜ਼ੀ ਕੰਮ ਟੀਵੀ ਲਈ ਨਾਭਾ ਤੋਂ ਤਰਨ ਮਹਿਤਾ ਦੀ ਰਿਪੋਰਟ।